इच्छा दे नाल पहल कीती कि मैं तख्त श्री दमदमा साहब दियां जिहड़ियां सेवावां निभाउंदा रहूंगा ते इत्थे जिहड़े तुसीं होर नवें जथेदार परमानेंट नियुक्त कर लो। सो इस गल दी भी उन्हां दी प्रशंसा कीती जांदी आ कि जिन्हां ने फराक दिली दे नाल नहीं तां उहदे छड्डण नूं कई वारी चित नहीं करदा ਇਹ ਅਹੁਦਾ ਨਹੀਂ ਗਾ ਇਹ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰੀ ਦੀ ਗੱਲ ਹੁੰਦੀ ਜਿਹੜੀ ਸਾਰੀ ਸਿੱਖ ਕੌਮ ਨੇ ਅਤੇ ਸਾਰੀ ਸਿੱਖ ਕੌਮ ਨੂੰ ਅਗਵਾਈ ਸਿੱਖ ਕੌਮ ਨੇ ਲੈਣੀ ਅਤੇ ਅਗਵਾਈ ਦੇਣੀ ਹੁੰਦੀ ਆ। ਸੋ ਇਸ ਕਰਕੇ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਅੱਜ ਇੱਥੇ ਅਸੀਂ ਐਗਜੈਕਟਿਵ ਦੇ ਵਿੱਚ ਇਹ ਫੈਸਲਾ ਕੀਤਾ ਕਿ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਆਪਣੀਆਂ ਸੇਵਾਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੀਆਂ ਨਿਰੰਤਰ ਜਾਰੀ ਰੱਖਣਗੇ ਬਤੌਰ ਜਥੇਦਾਰ ਸ੍ਰੀ ਦਮਦਮਾ ਸਾਹਿਬ। ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀਆਂ ਜਿਹੜੀਆਂ ਸੇਵਾਵਾਂ ਬਤੌਰ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਆ ਉੱਥੇ ਉਹਨਾਂ ਕੋਲ ਐਡੀਸ਼ਨਲ ਚਾਰਜ ਸੀ ਉਹ ਆਪਣੀਆਂ ਪੱਕੀਆਂ ਸੇਵਾਵਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੇ ਤੌਰ 'ਤੇ ਨਿਭਾਉਣਗੇ। ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਸੱਚਖੰਡ ਦੇ ਗ੍ਰੰਥੀ ਸਿੰਘ ਆ ਉਹ ਤਖ਼ਤ ਸ੍ਰੀ ਅਕਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਬਤੌਰ ਜਥੇਦਾਰ ਆਪਣੀਆਂ ਪੱਕੀਆਂ ਸੇਵਾਵਾਂ ਨਿਭਾਉਣਗੇ। ਔਰ ਇਹ ਤੋਂ ਇਲਾਵਾ ਕਿਉਂਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਗ੍ਰੰਥੀ ਸਾਹਿਬਾਨ ਥੋੜ੍ਹੇ ਹੋਣ ਕਰਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਮੁੱਖ ਗ੍ਰੰਥੀ ਦਾ ਐਡੀਸ਼ਨਲ ਚਾਰਜ ਸ਼੍ਰੀ ਦਰਬਾਰ ਸਾਹਿਬ ਦਾ ਵੀ ਦਿੱਤਾ ਜਾਂਦਾ ਅਤੇ ਭਾਈ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਆ ਸੇਵਾਵਾਂ ਤਾਂ ਪੱਕੀਆਂ ਉੱਥੇ ਹੀ ਨਿਭਾਉਣਗੇ ਪਰ ਉਹਨਾਂ ਨੂੰ ਐਡੀਸ਼ਨਲ ਗ੍ਰੰਥੀ ਦੇ ਤੌਰ ਇੱਥੇ ਆਪਣੇ ਗ੍ਰੰਥੀ ਦੇ ਤੌਰ 'ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਤੇ ਐਡੀਸ਼ਨਲ ਜਿਹੜਾ ਆ ਉਹਨਾਂ ਨੂੰ ਚਾਰਜ ਦਿੱਤਾ ਜਾਂਦਾ। ਸੋ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਸੇਵਾਵਾਂ ਨਿਭਾਉਣਗੇ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪਹਿਲਾਂ ਵੀ ਬਾਖੂਬੀ ਨਿਭਾ ਰਹੇ ਆ ਉਹ ਬਾਖੂਬੀ ਆਪਣੀਆਂ ਸੇਵਾਵਾਂ ਨਿਭਾਉਣਗੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉਹ ਆਪਣੀਆਂ ਸੇਵਾਵਾਂ ਨਿਭਾਉਣਗੇ। ਸੋ ਕੌਮ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਇਹ ਲਾਉਣਾ ਸ਼ਬਦ ਨਾ ਵਰਤਿਓ ਕਿਤੇ ਵੀ ਬਿਲਕੁਲ ਵੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਇਹ ਨਿਮਰਤਾ ਸਹਿਤ ਬੇਨਤੀ ਆ। ਕੋਈ ਲਾਉਣ ਦਾ ਨਹੀਂ ਮਸਲਾ ਲਾਉਣ ਵਾਲੀ ਗੱਲ ਕੋਈ ਨਹੀਂ ਆਪਣੀ ਸਵੈ ਇੱਛਾ ਨਾਲ ਕਿਉਂਕਿ ਐਡੀਸ਼ਨਲ ਚਾਰਜ ਸੀ। ਕਈ ਵਾਰੀ ਆਪਾਂ ਫਿਰ ਟਿਲਟ ਕਰ ਜਾਂਦੇ ਉਹਨੂੰ ਖੂਬ ਮਸਾਲਾ ਨਾਲ ਲੱਗਦਾ ਕੋਈ ਨਹੀਂ ਇਹ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਹਨੇ ਜਿੰਨੀ ਚਿਰ ਵੀ ਸੇਵਾ ਕੀਤੀ ਆ ਅੰਤਰਿਕ ਕਮੇਟੀ ਉਹਨਾਂ ਦੀ ਇਹਨਾਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਵੀ ਕਰਦੀ ਆ ਅਤੇ ਕਾਮਨਾ ਵੀ ਕਰਦੀ ਪਈ ਅਗਾਂਹ ਤੋਂ ਵੀ ਕਿਉਂਕਿ ਸੇਵਾਵਾਂ ਦੇ ਵਿੱਚ ਕਈ ਵਾਰੀ ਸਲਾਹ ਮਸ਼ਵਰੇ ਵੀ ਕਰਨੇ ਪੈਂਦੇ ਆ। ਪੰਜ ਸਿੰਘ ਸਾਹਿਬਾਨਾਂ ਦੇ ਤੌਰ 'ਤੇ ਆਪਣਾ ਸਾਰਥਕ ਰੋਲ ਜਿੱਦਾਂ ਪਹਿਲਾਂ ਨਿਭਾਇਆ ਉਸੇ ਤਰ੍ਹਾਂ ਉਹ ਸਾਰਥਕ ਰੋਲ ਨਿਭਾਉਂਦੇ ਰਹਿਣਗੇ। ਸੋ ਕਿਰਪਾ ਕਰਕੇ ਇਹ ਸਾਰੀ ਬੇਨਤੀ ਸੀ ਉਹਨੇ ਆਪਣੀ ਸਵੈ ਇੱਛਾ ਦੇ ਨਾਲ ਮੈਂ ਸਮਝਦਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹਨਾਂ ਨੇ ਕਿਹਾ ਵੀ ਨਵਾਂ ਤੁਸੀਂ ਆਪਣਾ ਜਥੇਦਾਰ ਜਿਹੜਾ ਨਿਯੁਕਤ ਕਰ ਲਓ। ਸੋ ਇੰਨੀ ਕੁ ਅੱਜ ਦੀ ਇਹ ਸਾਡੀ ਵਿਸ਼ੇਸ਼ ਇਕੱਤਰਤਾ ਸੀਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਕੋਈ ਅਸਤੀਫਾ ਨਹੀਂ ਭੇਜਿਆ ਅਸਤੀਫਾ ਨਹੀਂ ਕੋਈ ਵੀ ਹੁੰਦਾ ਮੇਰੇ ਨਾਲ ਗੱਲ ਉਹਨਾਂ ਦੀ ਹੋ ਗਈ ਸੀ ਸਾਰੀ ਆ ਹੁਣ ਵੀ ਹੋਈ ਆ ਗੱਲ ਉਹਨਾਂ ਨੇ ਕਿਹਾ ਵੀ ਮੈਂ ਇਸ ਗੱਲ ਦੀ ਭਰਪੂਰ ਕਿਉਂਕਿ ਕੌਮ ਦੇ ਵਿੱਚ ਲੰਬੇ ਅਰਸੇ ਦਾ ਜਥੇਦਾਰ ਪੱਕਾ ਲਾਉਣ ਦੀ ਪਰੰਪਰਾ ਲੋਕ ਕਹਿ ਰਹੇ ਸੀ ਇਸ ਕਰਕੇ ਮੈਂ ਇੱਥੋਂ ਆਪਣੇ ਸੇਵਾ ਮੁਕਤ ਜਾਂ ਛੁੱਟੀ ਇੱਥੋਂ ਕਰਕੇ ਅਤੇ ਤੁਸੀਂ ਨਵਾਂ ਜਿਹੜਾ ਜਥੇਦਾਰ ਨਿਯੁਕਤ ਕਰ ਲਓ। ਗਿਆਨੀ ਜਗਤਾਰ ਸਿੰਘ ਜੀ ਉਹ ਆਪਣੀਆਂ ਸੇਵਾਵਾਂ ਨਿਭਾਉਣਗੇ ਉੱਦਾਂ ਹੀ ਐਕਟਿੰਗ ਦੇ ਤੌਰ 'ਤੇ ਉਹ ਨਿਭਾਉਣਗੇ।
ਇਹਲੇ ਦੇਖੋ ਮੈਂ ਕਿਉਂਕਿ ਕੁਛ ਅਰਸਾ ਪਹਿਲਾਂ ਅਸੀਂ ਇੱਕ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਕਮੇਟੀ ਬਣੀ ਸੀ ਜਿਹੜੀ ਸ਼ਾਇਦ ਤੀਜਾ ਖਰੜਾ ਸੀ ਉਹਦੇ ਵਿੱਚ ਅਸੀਂ ਯਤਨ ਵੀ ਕੀਤੇ ਸੀ ਪਰ ਇੱਕ ਕਮੇਟੀ ਇੱਥੇ ਵੀ ਬਣੀ ਸੀ ਕਿਉਂਕਿ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਅਮੈਂਡਮੈਂਟਾਂ ਪਾਰਲੀਮੈਂਟ ਨੂੰ ਕਰਨ ਦਾ ਅਧਿਕਾਰ ਆ ਉਹ ਫਿਰ ਲੰਬਾ ਅਰਸਾ ਆਇਆ ਉਹਦੇ ਲਈ ਵੀ ਪਹਿਲਾਂ ਵੀ ਕਮੇਟੀ ਇੱਕ ਬਣੀ ਸੀ ਹੁਣ ਵੀ ਯਤਨ ਕਰਾਂਗੇ ਵੀ ਆਪਾਂ ਇੱਕ ਕਮੇਟੀ ਬਣਾ ਕੇ ਉਹਦੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਜਿੱਥੇ ਜਿੱਥੇ ਵੀ ਕੋਈ ਅਮੈਂਡਮੈਂਟ ਹੋਣ ਵਾਲੀ ਹੋਵੇ ਉਹਦੇ ਲਈ ਜ਼ਰੂਰ ਯਤਨ ਕਰਾਂਗੇ ਕੋਈ ਗੱਲ ਨਹੀਂ ਇੱਧਰ ਨੂੰ ਬਿਲਕੁਲ ਨਾ ਬਿਲਕੁਲ ਬਿਲਕੁਲ ਨਾ ਜੋੜਿਓ ਬਿਲਕੁਲ ਨੂੰ ਇੱਧਰਲੇ ਪਾਸੇ ਨਾ ਜੋੜਿਓ ਇਹ ਬਿਲਕੁਲ ਆਪਾਂ ਮੀਡੀਆ ਦੀ ਦੇਖੋ ਮੈਂ ਤੁਹਾਨੂੰ ਨਿਮਰਤਾ ਤਹਿਤ ਬੇਨਤੀ ਕਰਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਐਡੀ ਵੱਡੀ ਸਿੱਖ ਕੌਮ ਦੀ ਸ਼ਕਤੀ ਆ ਅਕਾਲ ਤਖ਼ਤ ਅਤੇ ਫਿਰ ਅਕਾਲ ਤਖ਼ਤ ਦਾ ਜਥੇਦਾਰ ਅਤੇ ਜੇ ਉੱਦਣ ਵੀ ਸੀਗੀ ਅਸੀਂ ਜੇ ਕਰਨਾ ਹੁੰਦਾ ਇਹ ਤਾਂ ਉਹਨੇ ਆਪਣੀ ਸਵੈ ਇੱਛਾ ਨਾਲ ਇਹ ਜਿਹੜਾ ਇਹ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਵੀ ਇਹ ਕੀਰਤੀਮਾਨ ਸਥਾਪਿਤ ਕੀਤਾ ਉਹਨਾਂ ਨੇ।